ਪੂਰਾ ਵਾਉਂਦੇ ਆ ਫਿਰ ਤੁਹਾਨੂੰ ਇਹ ਲੈ ਜਾਂਦੇ ਪਏ ਹਨ ਆਪਾਂ ਇਹ ਆਉਂਦਿਆਂ ਨਹੀਂ ਸਾਂ ਆਪਾਂ ਇੱਧਰੋਂ ਆਏ ਆਉਂਦਿਆਂ ਪਾਏ ਸਾਂ ਖਾਰ ਦੁੰਗਲਾ ਪਾਸ ਵੱਲੋਂ ਉੱਧਰੋਂ ਜੇ ਤੁਸੀਂ ਪੈਂਗੋਂਗ ਆਉਣਾ ਤਾਂ ਫਿਰ ਤੁਸੀਂ ਇਸੇ ਰਸਤੇ ਆਉਣਾ ਇਹ ਰਾਹ ਜਿਹੜਾ ਜਦੋਂ ਆਪਾਂ ਮਨਾਲੀ ਤੋਂ ਲੇਹ ਨੂੰ ਆਵਾਂਗੇ ਪਹਿਲਾਂ ਵੀ ਥੋੜ੍ਹਾ ਜਿਹਾ ਦੱਸਿਆ ਸੀ ਦੁਬਾਰਾ ਦੱਸ ਦਿੰਦੇ ਹਾਂ ਲੇਹ ਆਉਣ ਤੋਂ ਜਦੋਂ ਆਪਾਂ ਮਨਾਲੀ ਤੋਂ ਲੇਹ ਨੂੰ ਆਉਂਦੇ ਹਾਂ ਲੇਹ ਤੋਂ 34-35 ਕਿਲੋਮੀਟਰ ਪਹਿਲਾਂ ਇੱਕ ਮੋੜ ਮੁੜਦਾ ਸੱਜੇ ਹੱਥ ਨੂੰ ਅਤੇ ਉੱਥੋਂ ਤੁਸੀਂ ਮੁੜਨਾ ਜੇ ਤੁਸੀਂ ਪੈਂਗੋਂਗ ਆਉਣਾ ਜੇ ਤੁਸੀਂ ਜਾਣਾ ਨੁਬਰਾ ਵੈਲੀ ਇੱਧਰੋਂ ਵੀ ਜਾ ਸਕਦੇ ਹੋ ਵੈਸੇ ਨੁਬਰਾ ਵੈਲੀ ਮਤਲਬ ਦੋ ਰਾਹ ਨੇ ਜੇ ਤਾਂ ਤੁਸੀਂ ਨੁਬਰਾ ਵੈਲੀ ਜਾਣਾ ਹੀ ਨਹੀਂ ਫਿਰ ਤੁਹਾਨੂੰ ਖਾਰਦੁੰਗਲਾ ਪਾਸ ਵੱਲੋਂ ਜਾਣ ਦੀ ਲੋੜ ਨਹੀਂ ਫਿਰ ਤੁਸੀਂ ਆਓ ਇੱਧਰੋਂ ਹੀ ਆਪਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਲੇਹ ਤੋਂ ਪਹਿਲਾਂ ਆਏਗਾ ਮੋੜ 34-35 ਕਿਲੋਮੀਟਰ ਅਤੇ ਜੇ ਤੁਸੀਂ ਨੁਬਰਾ ਵੈਲੀ ਜਾਣਾ ਫਿਰ ਤੁਸੀਂ ਚਾਹੇ ਇੱਧਰੋਂ ਦੀ ਆ ਜਾਓ ਚਾਹੇ ਖਾਰਦੁੰਗਲਾ ਵੱਲੋਂ ਆ ਜਾਓ ਇੱਕੋ ਹੀ ਹੈ ਗੋਲ ਜੇ ਘੁੰਮ ਜਾਓਗੇ ਤੁਸੀਂ ਮਤਲਬ ਅਰੇ ਵਾਹ ਫੋਟੋ ਦਿਸਿਆ ਜੀ ਸਾਹਮਣੇ ਬਰਫ਼ ਦਾ ਪਹਾੜ ਭਈਆ ਰੁਕਤਾ ਹੀ ਨਹੀਂ ਆਪ ਤੋਂ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਠੀਕ ਹੋ ਜੀ ਵਧੀਆ ਫੋਟੋ ਖਿੱਚ ਦੂੰਗੇ ਇੱਕ ਫੋਟੋ ਔਰ ਹਾਂਜੀ ਹਾਂ ਹਾਂ ਬਿਲਕੁਲ ਹਾਂਜੀ ਹਾਂ ਵਧੀਆ ਭਾਅ ਜੀ ਵਧੀਆ ਤੁਸੀਂ ਸੁਣਾ ਸੱਤਵਾਂ ਦਿਨ ਜੀ ਅੱਜ ਲੇਹ ਗਏ ਸਾਂ ਲੇਹ ਤੋਂ ਫਿਰ ਉੱਥੇ ਨੁਬਰਾ ਵੈਲੀ ਉੱਥੋਂ ਹੁਣ ਅੱਜ ਪੈਂਗੋਂਗ ਹੋ ਕੇ ਅਤੇ ਵਾਪਸ ਲਏ ਹਾਂ ਫਿਰ ਅੱਗੇ ਕਸ਼ਮੀਰ ਹਾਂ ਉੱਥੇ 3-4 ਦਿਨ ਉੱਥੇ ਲਵਾਂ ਹਾਂਜੀ ਆਪਾਂ ਪਹੁੰਚ ਗਏ ਚਾਂਗਲਾ ਪਾਸ ਇਹ ਉਹ ਜਗ੍ਹਾ ਹੈ ਜਿਹੜੀ ਵਰਲਡ ਦੇ ਵਿੱਚ ਸਭ ਤੋਂ ਉੱਚੀਆਂ ਥਾਵਾਂ 'ਚੋਂ ਮੋਟਰਵੇ ਵਾਲੀਆਂ 'ਚੋਂ 10ਵੇਂ ਨੰਬਰ 'ਤੇ ਆਉਂਦੀ 17,586 ਫੁੱਟ 'ਤੇ ਆ ਉਹ ਪਿੱਛੇ ਗਲੇਸ਼ੀਅਰ ਜਾਂ ਬਰਫ਼ ਜੀ ਪਤਾ ਨਹੀਂ ਹੁਣ ਦਿਸਦੀ ਪਈ ਕਿ ਨਹੀਂ ਦਿਸਦੀ ਤੁਹਾਨੂੰ ਸੋਹਣੀ ਸੀ ਜਗ੍ਹਾ ਤੋਂ ਮੈਂ ਰੁਕ ਕੇ ਫੋਟੋ ਫੋਟੋ ਕਰ ਲਈਏ ਅਤੇ ਹੁਣ ਬਸ ਚੱਲਿਆ ਲੇਹ ਜਾਣਾ ਲੇਟ ਹੁੰਦੇ ਫਿਰ ਛੇਤੀ ਫਿਰ ਮਿਲਣਾ ਬਸ ਇੱਥੋਂ ਆਪਾਂ ਹੁਣ ਥੱਲੇ ਹੀ ਜਾਣਾ ਇਹ ਮਤਲਬ ਕਿ ਟੋਪ ਸੀਗਾ ਲੇਹ ਤੋਂ ਪੈਂਗੋਂਗ ਦੇ ਰਾਹ ਦੇ ਵਿੱਚ ਜਿਹੜਾ ਸਭ ਤੋਂ ਉੱਚੀ ਜਗ੍ਹਾ ਸੀ ਉਹ ਇਹ ਸੀ 17,500 ਕੁਛ ਫੁੱਟ ਦੀ ਉਚਾਈ 'ਤੇ ਆ ਹੁਣ ਤੱਕ ਦਾ ਸਭ ਤੋਂ ਨੇੜੇ ਵਾਲਾ ਬਰਫ਼ ਵਾਲਾ ਪਹਾੜ ਦਿਸਿਆ ਆਪਾਂ ਨੂੰ ਸਾਰੇ ਰਾਹ 'ਚ ਤਾਂ ਹੀ ਨਾ ਇੱਥੇ ਕੁਛ ਉਚਾਈ ਵੀ ਅਤੇ ਠੰਡ ਜੀ ਵੀ ਹਵਾ ਵੱਜਦੀ ਬੜੀ ਜ਼ੋਰ ਦੀ ਮਤਲਬ ਠੰਡੀ ਸ਼ੁਕਰ ਕੀਤਾ ਹੋਣਾ ਮੋਟਰਸਾਈਕਲ ਨੇ ਵੀ ਜ਼ੋਰ ਲੱਗਣ ਹਟਿਆ ਨਹੀਂ ਤਾਂ ਗਧਾ ਬਣਾਇਆ ਹੋਇਆ ਸੀ ਵਿਚਾਰੇ ਨੂੰ ਘੋੜੇ ਨੂੰ ਓਹੋ ਚਲੋ ਜੀ ਹੁਣ ਕੱਟਣੇ ਆ ਸਫ਼ਰ ਅਗਾਂਹ ਹੁਣ ਮਹਾਰਾਜ ਕਿਰਪਾ ਕਰੇ ਅਤੇ ਸੜਕ ਨਾਮ ਦੀ ਕੋਈ ਚੀਜ਼ ਆ ਜਾਵੇ ਅਤੇ ਛੇਤੀ ਪਹੁੰਚ ਜਾਵਾਂਗੇ ਥੋੜ੍ਹੀ ਦੇਰ ਲੱਕ ਲੁੱਕ ਸਿੱਧਾ ਕਰਕੇ ਫਿਰ ਲੇਹ ਦੀ ਮਾਰਕੀਟ ਮਾੜੀ ਮੋਟੀ ਜਾਵਾਂਗੇ ਉੱਦਣ ਜਾਇਆ ਨਹੀਂ ਗਿਆ ਅਤੇ ਠੀਕ ਹੈ ਜੀ ਮਿਲਦੇ ਹਾਂ ਫਿਰ ਛੋਟੇ ਸੇ ਬ੍ਰੇਕ ਕੇ ਬਾਅਦ ਵੈਸੇ ਬ੍ਰੇਕ ਤਾਂ ਕਹਦਾ ਐਡੀਟਿੰਗ 'ਚ ਤਾਂ ਨਾਲ ਹੀ ਪੇਸ਼ ਹੋ ਜਾਵਾਂਗੇ ਪੰਜਾਹ ਕਿਲੋਮੀਟਰ ਲਗਭਗ ਪੰਜਾਹ ਹੋ ਹੀ ਗਿਆ ਹੁਣ 50 ਕਿਲੋਮੀਟਰ ਟੁੱਟੀ ਸੜਕ 'ਤੇ ਸੜਕ ਤਾਂ ਕਹਿ ਨਹੀਂ ਸਕਦੇ ਮਤਲਬ ਕਿ ਪਹਾੜ ਚੀਰਿਆ ਲਾ ਲਓ ਵੀ ਮਤਲਬ ਕਿ ਬਣਾਉਂਦੇ ਪਏ ਨੇ ਸੜਕਾਂ ਆਉਣ ਤੋਂ ਬਾਅਦ ਆ ਹੁਣ ਮਿਲਿਆ ਰੋਡ ਵਧੀਆ ਹੁਣ ਇੱਥੋਂ ਲੇਹ ਵੀ ਰਹਿ ਗਿਆ 55 ਕਿਲੋਮੀਟਰ ਅਤੇ ਹੁਣ ਆਸ ਜੀ ਹੋ ਗਈ ਵੀ ਹਾਂ ਛੇਤੀ ਪਹੁੰਚ ਜਾਵਾਂਗੇ ਪਹਿਲਾਂ ਤਾਂ ਐਂ ਹੋ ਗਿਆ ਖਰੇ ਪਹੁੰਚਾਂਗੇ ਕਿ ਨਹੀਂ ਅੱਜ 5:19 ਹੋ ਗਏ ਨੇ
ਕਿੰਨੇ ਵਜੇ ਤੁਰੇ? ਪੈਂਗੋਂਗ ਤੋਂ ਮੈਂ 3:30 ਮੇਰੇ ਖਿਆਲ 'ਚ ਤੁਰਿਆ ਸਾਂ, ਅਤੇ ਪਹੁੰਚਦੇ ਹਾਂ ਫਿਰ ਲੱਦਾਖ ਲੇਹ। ਸੋਰੀ ਜੇ ਹਿੰਮਤ ਰਹੀ ਤਾਂ ਮਾਰਕੀਟ ਮੁਰਕੀਟ ਜਾਵਾਂਗੇ, ਨਹੀਂ ਤਾਂ ਕੋਈ ਪਤਾ ਨਹੀਂ ਹਜੇ। ਜਾ ਕੇ ਸ਼ਕਤੀ ਵਾਟਰ ਥੋੜ੍ਹਾ ਜਿਹਾ ਲੈ ਕੇ ਫਿਰ ਵੇਖਾਂਗੇ। ਬਹੁਤ ਭੈੜਾ ਰਾਹ ਸੀ ਯਾਰ, ਬਹੁਤ ਜ਼ਿਆਦਾ ਨਜਾਇਜ਼ ਹੀ ਭੈੜਾ। ਚਲੋ ਫਿਰਨੇ ਜੀ, ਲੇਹ ਜਾ ਕੇ ਕਰਨੇ ਗੱਲ ਫਿਰ। ਵੈਸੇ ਤਾਂ ਪਹਾੜੀ ਸ਼ਹਿਰਾਂ ਵਰਗਾ ਸ਼ਹਿਰ ਹੈ ਲੇਹ, ਪਰ ਫਿਰ ਵੀ ਇਹ ਮਤਲਬ ਜ਼ਿਆਦਾ ਰੌਣਕ ਮੇਲਾ ਜਿਹੜਾ ਉਹ ਹੁੰਦਾ ਇੱਥੇ ਮਾਲ ਰੋਡ 'ਤੇ, ਜਿਵੇਂ ਸ਼ਿਮਲੇ ਲਾ ਲਓ, ਮਸੂਰੀ ਲਾ ਲਓ, ਮਨਾਲੀ ਲਾ ਲਓ, ਅਤੇ ਹਰੇਕ ਥਾਂ 'ਤੇ ਜਿਵੇਂ ਮਾਲ ਰੋਡ ਹੁੰਦਾ ਅਤੇ ਉੱਥੇ ਰੌਣਕ ਹੁੰਦੀ, ਉਹੀ ਕੰਮ ਇੱਥੇ ਹੈ। ਆਏ ਮਾਲ ਰੋਡ ਲੇਹ ਦਾ, ਅਤੇ ਬਸ ਕੁਛ ਆ ਮਤਲਬ ਇੱਥੇ ਐਵੇਂ ਸਬਜ਼ੀਆਂ ਸੁਬਜ਼ੀਆਂ ਜਿਹੜੀਆਂ ਮਾਲ ਰੋਡ ਦੇ ਉੱਤੇ ਹੀ ਆ ਵੇਖਦੇ। ਇਹ ਚੀਜ਼ ਵੈਸੇ ਹੋਰ ਕਿਤੇ ਆਪਾਂ ਨਹੀਂ ਵੇਖੀ, ਨਾਲ ਨਾਲ ਐਂਟੀ ਸਵੈਟਰ ਬਣੀ ਜਾਂਦੀ। ਆਹ ਡਾਕ ਘਰ, ਇੱਕ ਗੱਲ ਲੇਹ ਦੇ ਵਿੱਚ ਤੁਸੀਂ ਧਿਆਨ ਰੱਖਣੀ ਕਿ ਤੁਸੀਂ ਇੱਥੇ ਜੇ ਮੋਟਰਸਾਈਕਲ 'ਤੇ ਵੀ ਆਉਣੇ, ਚਾਹੇ ਗੱਡੀ 'ਤੇ ਆਉਣੇ, ਇੱਥੇ ਮਤਲਬ ਕਿ ਹਰੇਕ ਰਾਹ ਹੈ ਜਿਹੜਾ ਮਤਲਬ ਲਗਭਗ ਮੋਸਟਲੀ ਰਾਹ ਨੇ ਜਿਹੜੇ ਵਨ ਵੇ ਨੇ। ਤੁਸੀਂ ਇਹ ਨਹੀਂ ਵੀ ਜਿੱਧਰੋਂ ਆਏ ਉੱਥੋਂ ਹੀ ਵਾਪਸ ਮੋਟਰਸਾਈਕਲ ਮੋੜ ਲਓਗੇ। ਜੇ ਤੁਸੀਂ ਥੋੜ੍ਹਾ ਜਿਹਾ ਵੀ ਅੱਗੇ ਆਏ ਹੋ, ਜੇ 50-60 ਮੀਟਰ ਉਨਾ ਕਿਤੇ ਚਲੋ ਚੱਲ ਜਾਂਦਾ, ਪਰ ਜੇ ਤੁਸੀਂ 200-300 ਮੀਟਰ ਪਿੱਛੇ ਜਾਣਾ ਤਾਂ ਤੁਹਾਨੂੰ 1.5-2 ਕਿਲੋਮੀਟਰ ਦਾ ਵਲਾ ਖਾ ਕੇ ਹੀ ਆਉਣਾ ਪਏਗਾ। ਇਹ ਮਤਲਬ ਟ੍ਰੈਫਿਕ ਨੂੰ ਉਹਨੂੰ ਧਿਆਨ 'ਚ ਰੱਖ ਕੇ ਇਹਨਾਂ ਨੇ ਕੀਤਾ, ਅਤੇ ਸਾਰਾ ਵਨ ਵੇ ਆ ਲਗਭਗ ਸਾਰਾ ਸ਼ਹਿਰ। ਸੋਹਣਾ ਸ਼ਹਿਰ ਹੈ, ਵੇਖੋ ਵੇਖ ਰਹੇ ਹੋਵੋਗੇ ਤੁਸੀਂ। ਹੁਣ ਸਰੀਰ ਥੱਕਾ ਪਿਆ ਅਤੇ ਮੈਂ ਜ਼ਿਆਦਾ ਕੁਛ ਨਹੀਂ ਵਿਖਾ ਪਾਵਾਂਗਾ ਤੁਹਾਨੂੰ, ਵੈਸੇ ਇੰਨਾ ਕੁਛ ਹੈ ਵੀ ਨਹੀਂ। ਠੀਕ ਮਤਲਬ ਉਹੀ ਮਾਲ ਰੋਡ ਰੌਣਕ, ਕੁਛ ਖਾਸ ਨਹੀਂ। ਇੱਕ ਆਹ ਅਤੇ ਇਹਨਾਂ ਦਾ ਪੋਸਟ ਆਫਿਸ ਹੋ ਗਿਆ। ਇੱਕ ਹੋਰ ਚੀਜ਼ ਵਿਖਾਉਣਾ ਤੁਹਾਨੂੰ ਜਿਹੜੀ ਮਤਲਬ ਕਿ ਤੁਸੀਂ ਮਿਸ ਨਹੀਂ ਕਰ ਸਕਦੇ, ਉਹੀ ਸਬੂਤ ਦੇਗੀ ਤੁਹਾਡੇ ਰਿਸ਼ਤੇਦਾਰਾਂ ਨੂੰ ਕਿ ਤੁਸੀਂ ਲੱਦਾਖ ਜਾ ਕੇ ਆਏ ਹੋ। ਉਹ ਆ ਆਈ ਲਵ ਲੱਦਾਖ ਹੈ ਜਿਹੜਾ, ਤੁਸੀਂ ਇੱਥੇ ਆ ਕੇ ਮਤਲਬ ਫੋਟੋ ਫੋਟੋ ਖਿਚਾਓ ਆਪਣੀ, ਅਤੇ ਰਿਸ਼ਤੇਦਾਰਾਂ ਨੂੰ ਪਤਾ ਲਾਓ ਕਿ ਹਾਂ ਭਾਈ ਅਸੀਂ ਲੱਦਾਖ। ਅਤੇ ਬਸ ਅੱਜ ਲਈ ਇੰਨਾ ਹੀ ਸੀਗਾ ਲੱਦਾਖ ਦੇ ਵਿੱਚ। ਅਤੇ ਹਾਂ, ਇੱਕ ਜ਼ਰੂਰੀ ਸੂਚਨਾ ਹੋਰ ਕਿ ਜਿਹੜੇ ਮਹਿਕਮੇ ਵਾਲੇ ਵੀਰ ਨੇ ਉਹਨਾਂ ਨੂੰ ਦੱਸਦੀ ਹੈ, ਇੱਥੇ ਬੀਅਰ ਸਸਤੀ ਹੈ 90 ਰੁਪਏ ਦੀ ਸਿਰਫ, ਜਿਹੜੀ ਆਪਣੇ 180 ਦੀ ਸੀ ਹੁਣ 150 ਦੀ ਹੋ ਗਈ। ਅਤੇ ਇਸੀ ਆਹ ਜਿੱਥੇ ਤੁਸੀਂ ਆਹ ਆਈ ਲਵ ਲੱਦਾਖ ਲਈ ਵੇਖੋਗੇ ਨਾ, ਉਹ ਸਾਹਮਣੇ ਆਹ ਦੁਕਾਨਾਂ ਦੀ ਨਿਸ਼ਾਨੀ ਰੱਖ ਕੇ, ਉਹ ਜਿੱਥੇ ਜ਼ਿਆਦਾ ਭੀੜ ਹੈ ਨਾ ਸੱਜੇ ਪਾਸੇ, ਇੱਕ ਮਿੰਟ, ਉਹ ਜਿੱਥੇ ਭੀੜ ਜੀ ਆ ਗੋਰਿਆਂ ਦੇ ਪਿੱਛੇ ਹੁਣ ਦਿਸੇ, ਉਹ ਬੰਦੇ ਜੇ ਖੜ੍ਹੇ ਨੇ ਉਹ ਪਿੱਛੇ ਗੋਰਿਆਂ ਦੇ ਬਿਲਕੁਲ ਪਿੱਛੇ ਵੇਖੋ, ਉਹ ਨੀਲੇ ਜੇ ਬੁੜਦੇ ਥੱਲੇ, ਉੱਥੇ ਠੀਕ ਹੈ। ਅਤੇ ਬਸ ਇੰਨੇ ਕੁ ਹੁਣ ਠੇਕੇ ਦੇ ਨਾਲ ਹੀ ਸਮਾਪਤੀ ਕਰਨੇ, ਅਤੇ ਮੈਂ ਵੀ ਫੋਟੋ ਖਿੱਚ ਲਾਂ ਇੱਕ ਅੱਧੀ, ਅਤੇ ਚੱਲਦੇ ਫਿਰ। ਚੰਗਾ ਜੀ, ਗੁੱਡ ਨਾਈਟ, ਸਵੇਰੇ ਮਿਲਾਂਗੇ ਫਿਰ। ਓਕੇ ਜੀ। ਉਹਨੇ ਉਵੇਂ ਦੀ ਸ਼ੇਪ ਲੈ ਲਈ ਮਤਲਬ ਜਿਵੇਂ ਮੋਮ ਦੇ ਵਾਂਗੂ। ਹੁਣ ਜਿਹੜਾ ਤੁਸੀਂ ਪੱਥਰ ਸਾਹਿਬ ਵੇਖਿਆ ਉਹ ਬਿਲਕੁਲ ਉਹ ਮਹਾਰਾਜੇ ਦੀ ਪਿੱਠ ਜਿਹੜੀ ਕੰਡ ਸੀ ਉਹਨਾਂ ਦੀ, ਉਹ ਸਾਰੇ ਮਤਲਬ ਬੈਕ ਸਾਈਡ ਜਿਹੜੀ ਸਰੀਰ ਬੋਡੀ ਦੀ ਉਵੇਂ ਹੀ ਬਿਲਕੁਲ ਪੱਥਰ ਦੀ ਸ਼ੇਪ ਬਣ ਗਈ ਸੀ।